ਚੈਨਲ ਸਾਡੇ ਨੂੰ ਲਾਈਕ ਕੀਤਾ ਫੋਲੋ ਕੀਤਾ ਤੇ ਸक्राइब ਕਿਉਂ ਨਹੀਂ ਕੀਤਾ ਦੱਸੋ ਦੱਸੋ ਮੋਏ ਮੋਏ ਅਸਲਾਮੁਅਲੈਕਮ ਵੈਲਕਮ ਬੈਕ ਨਿਊ ਬ੍ਰੈਂਡ ਵਲੌਗ ਇਤਾਰੇ ਸਾਰਿਆਂ ਦਾ ਵੈਲਕਮ ਵੈਲਕਮ ਤੁਹਾਨੂੰ ਸਾਰਿਆਂ ਨੂੰ ਆਪਣੀ ਬਿੰਨੀ ਦਾ ਬਹੁਤ ਬਹੁਤ ਅਸਲਾਮੁ ਅਲੈਕੁਮ ਵੀਰਾਂ ਵੀਣਿਓ ਤੁਸੀਂ ਠੀਕ ਠਾਕ ਹੋਗੇ ਤੇ ਮੈਂ ਵੀ ਠੀਕ ਆ ਰੱਬ ਸੋਨਾ ਤੁਹਾਨੂੰ ਮੈਨੂੰ ਆਪਣੀ ਜ਼ੇਮਾਨੇ ਚ ਰੱਖੇ ਤੇ ਵੀ ਮਾਰੇ ਤੋਂ ਮਹਿਫੂਜ਼ ਰੱਖੇ ਆਮੀਨ ਚੈਨਲ ਤਾਂ ਨਵੈ ਗੋ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਲਾਈਕ ਵੀ ਕਰਨਾ ਦੋਸਤਾਂ ਨਾਲ ਸ਼ੇਅਰ ਵੀ ਕਰਨਾ ਜਿਹਨੇ ਸਬਸਕ੍ਰਾਈਬ ਕਰ ਦਿੱਤਾ ਹੈ ਉਹਨਾਂ ਦਾ ਵੱਡੇ ਵਾਲਾ ਥੈਂਕਸ ਤੇ ਜੇਰੇ ਮੇਰੀ ਵੀਡੀਓ ਵੈਸੀ ਵਾਚ ਕਰ ਦੇਨੇ ਮੈਂ ਕਿਹ ਕੀ ਗੱਲ ਹੈ ਸਬਸਕ੍ਰਾਈਬ ਕਰਨੀ ਕਿਤਾ ਆਇਆ ਚੈਨਲ ਨੂੰ ਨੇ ਕੀਤਾ ਤੇ ਕਰ ਦੋ ਫਟਾਫਟ ਬੈਲ ਆਈਕਨ ਦੀ ਘੰਟੀ ਨੂੰ ਕੜਕਾ ਦੋ ਦਬਾ ਕੇ ਉਹਦੇ ਬਟਨ ਨੂੰ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹ ਨੇ ਵੰਗੜੇ ਕੀ ਕਰੋ ਕਿ ਮਿਕਸ ਕਰੋ ਆਹੋ ਜੀ ਓਏ ਹੋਏ ਮੈਂ ਕਰੀਆਂ ਠੰਡ ਬੜੀ ਕੜਾਕੇ ਦੀ ਪੈੜੀ ਹੈ ਤੇ ਅੱਡ ਚ ਫੇੜ ਬਣਾਉਣੇ ਚਾਹੀਦੇ ਆ ਮਜ਼ਦਦ ਜੀਆਂ ਢਿਸ਼ਾ ਮੇਰਾ ਮਤਲਬ ਕਿ ਅੱਜ ਮੈਂ ਵੀ ਬਣਾੜੀਆਂ ਮੁਰਗੀ ਤੇ ਪੰਜੇ ਜਿਹੜੇ ਬੜੇ ਹੀ ਮਜ਼ਦਦ ਬੰਦੇ ਇਹਨਾਂ ਦਾ ਸੂਪ ਮੈਂ ਕਰੀਆਂ ਪੀਣ ਵਾਲਾ ਹੁੰਦਾ ਹੈ ਠੰਡ ਤੋਂ ਵੀ ਬਚਾਉਂਦਾ ਮੌਸਮੀ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਮੇਰਾ ਮਤਲਬ ਕਿ ਖਾਂਸੀ ਜ਼ੁਕਾਮ ਵਗੈਰਾ ਤੋਂ ਛਿੱਕਾਂ ਤੋਂ ਮੈਂ ਕਰੀਆਂ ਠੰਡ ਤੁਹਾਨੂੰ ਲੱਗਣ ਨਹੀਂ ਦਿੰਦਾ ਬਣਾਓ ਫੋਲੋ ਕਰੋ ਮੈਨੂੰ ਤੁਹਾਨੂੰ ਮੈਂ ਦਾ ਤਰੀਕਾ ਦੱਸਾਂਗੀ ਪੰਜਿਆਂ ਨੂੰ ਬਣਾਉਣ ਦਾ ਬੜਾ ਹੀ ਆਸਾਨ ਮੈਂ ਕਰੀਆਂ ਮਿੰਟਾਂ ਕਰਕੇ ਤੇ ਉਹਦੇ ਚ ਪਹਿਲੇ ਤੁਸੀਂ ਪਿੰਜਿਆਂ ਨੂੰ ਸਿੰਪਲ ਪਾਣੀ ਨਾਲ اچھی طرح ਵਾਸ਼ ਕਰ ਲੈਣਾ ਹੈ اچھی طرح ਉਸ ਤੋਂ ਬਾਅਦ ਗਰਮ ਗਰਮ ਪਾਣੀ ਚ ਸੁੱਤੀ ਜਾਣਾ ਤੇ ਕੱਢੀ ਜਾਣਾ ਦੋ ਦੋ ਪਿੰਜਿਆਂ ਨੂੰ ਤੇ ਫਟਾਫਟ ਉਹਦੀ ਉੱਤੇ ਵਾਲੀ ਖਲ ਲਾਈ ਜਾਣੀ ਹੈ ਤੇ ਨਾਲ ਹੀ ਨਖੂਨ ਇਹਦੇ ਕਟਿੰਗ ਕਰਕੇ ਉਸ ਤੋਂ ਬਾਅਦ ਮੈਂ ਕਰੀਆਂ ਆਟਾ ਜਾਂ ਮੇਦਾ ਵਗੈਰਾ ਸੁੱਟ ਕੇ ਤੋਂ ਨੂੰ اچھی طرح ਮਲ ਕੇ ਤੇ ਧੋ ਕੇ ਸਾਫ ਕਰ ਲੋ ਉੱਪਰ ਜਾ ਕੇ ਕੀ ਕਰਨੇ ਲੱਗੇ ਹੋ ਮਦਸੀ ਆਗਨੇ ਲਗਾਈਂ ਕਪੜੇ ਗੰਦੇ ਹੋ ਜਾਣਗੇ ਮਦਸੀ ਇਧਰ ਤੋਂ ਦੇਖੋ ਮੁੰਦਸੀ ਚਲਾ ਗਿਆ ਉੱਪਰ ਨਵਾਂ ਜੋੜਾ ਪਾ ਕੇ ਮੈਂ ਕਰੀਂ ਅੱਗ ਲਗਾਣ ਲੱਗਾ ਮੈਂ ਕਹਿਨੀ ਕਿਤੇ ਕਪੜੇ ਨਾ ਗੰਦੇ ਕੱਢ ਪੜ ਇਹ ਕਰਕੇ ਹੀ ਆਏਗਾ ਇਹ ਬ੍ਰਸ਼ ਰਾੜਤੀਗਾ ਜੇ ਪਾਇਆ ਵੀ ਆਫ ਫਾਇਟ ਹੋਇਆ ਜੋੜਾ ਇਹਨੇ ਅੱਗ ਜਲਾਏਗਾ ਤੇ ਮੈਂ ਕਹਿਦੀ ਉਹਦੀ ਚੰਗਾਣੀਆਂ ਨਾ ਕਿਤੇ ਖਰਾਬ ਹੀ ਨਾ ਹੋ ਜੇ ਚਲੋ ਆਏਗਾ ਤੇ ਵੇਖਾਂਗੇ ਫਿਰ ਇਹਦੀ ਆਂਦੀ ਸ਼ਾਮਤ ਮੇਰੇ ਕੋਲੋਂ ਤਰਫ ਦੇ ਹੋਏ ਪਿਆਜ਼ ਲਸਣ ਵਿੱਚ ਸੁੱਟਦੇ ਤੇ ਟਮਾਟਰ ਤੇ ਮਸਾਲੇ ਸਾਰੇ ਇਹਨਾਂ ਨੂੰ ਵੀ ਸਾਰੀਆਂ ਸ਼ਾਮਾਂ ਨੂੰ ਇਕੱਠਾ ਹੀ ਹੁਣ ਤਰਫਾਵਾਂਗੇ ਅੱਛੀ ਤਰ੍ਹਾਂ ਤੇ ਇੱਥੇ ਥੋੜਾ ਜਿਹਾ ਪਾਣੀ ਅੱਚੇ ਸੁੱਟ ਦਿੱਤਾ ਮਸਾਲੇ ਨੂੰ ਜਿੰਨਾ ਛਾ ਭੁੰਨੋਗੇ ਉੰਨੀ ਅੱਛੀ ਤੁਹਾਡੀ ਹਾਂਡੀ ਬਨੇਗੀ ਇੱਥੇ ਵੀ ਬਣਾ ਲਈ ਸੀ ਸੂਪ ਬੜਾ ਹੀ ਜ਼ਬਰਦਸਤ ਬਨੇਗਾ ਤੇ ਕਾਲੀ ਮਿਰਚ ਦਾ ਵੈਸੀ ਹੀ ਸੁਬੰਧ ਹੈ ਲਾਲ ਮਿਰਚ ਮੈਂ ਬਿਲਕੁਲ ਇਸਤੇਮਾਲ ਨਹੀਂ ਕਰਦੀ ਐਥੇ ਹੁਣ ਮਸਾਲੇ ਨੂੰ ਗਲਾ ਲਵਾਂਗੇ ਤੇ ਇਹ ਸੁੱਟੇ ਹਾਲ ਹੋ ਜੇਗੀ ਮਸਾਲੇ ਦੀ ਮੈਂ ਕਿਹੜੀਆਂ ਦੇਖੋ ਕਿਸ ਤਰ੍ਹਾਂ ਤਰਫ ਦੀਆਂ ਪਈਆਂ ਜੇ ਸਾਰੀਆਂ ਛੇਵਾ ਟਮਾਟਰ ਟੀਠ ਮੈਂ ਕਰੀਆਂ ਉਸੇ ਤਰ੍ਹਾਂ ਹੀ ਮੈਨੂੰ ਤੱਕਦੇ ਪਏ ਨੇ ਜਿਸ ਤਰ੍ਹਾਂ ਦੇ ਮੈਂ ਵਿੱਚ ਸੁੱਟੇ ਸੀ ਦੇਚ ਕੇ ਕੋਈ ਗੱਲ ਨਹੀਂ ਇਹਨੂੰ ਚਮਚੀਆਂ ਨਾਲ ਸੀ ਅੱਛੀ ਤਰ੍ਹਾਂ ਇਹਨਾਂ ਨੂੰ ਸੀ ਫੇਰ ਲਵਾਂਗੇ ਤੇ ਜਦ ਦਾ ਟਿਕਟੋਕ ਨਾ ਵਾਇਰਲ ਜਾ ਰਿਹਾ ਜੇ ਫੋਲੋ ਕਰਦੇ ਤੁਸੀਂ ਲਾਈਕ ਕਰਦੇ ਤੇ ਸक्राइब ਕਿਉਂ ਨਹੀਂ ਕਰਦੇ ਦੱਸੋ ਦੱਸੋ ਮੋਏ 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 ਜਾ ਕੇ ਵੇਖੋ ਬੜਾਈ ਜ਼ਬਰਦਸਤ ਉਹਦੀਆਂ ਸ਼ਾਰਟ ਵੀਡੀਓ ਮੈਂ ਕਰੀਏ ਵੇਖੋਗੇ ਹੱਸ ਕੇ ਥੱਕ ਜਾਓਗੇ ਮੈਂ ਕਰੀਏ ਤੁਹਾਡਾ ਹੱਸਾ ਨੀ ਹਟੇਗਾ ਵੱਖੀਆਂ ਦੁੱਖ ਪੈਣਗੀਆਂ ਬੜਾਈ ਜ਼ਬਰਦਸਤ ਹੈਗਾ ਜੇ 마ਸ਼ਾਅੱਲਾ ਰਜਵਵੀਰ ਮੈਂ ਕਹ ਰਹੀਆਂ ਬਹੁਤ ਹੀ ਵੱਡਾ ਉਹਦਾ ਦਿਲ ਹੈ ਜਿਸਰਾ YouTube ਦੀ ਫੈਮਿਲੀ ਨੂੰ ਸਪੋਰਟ ਕਰਦਾ ਪਿਆ ਹੈ ਉਹਦੀ ਪੂਰੀ ਫੈਮਿਲੀ ਸਪੋਰਟ ਕਰਦੀ ਪਈ ਹੈ ਮੈਂ ਕਹ ਰਹੀਆਂ ਸਲੂਟ ਬੰਦਾ ਉਹਨਾਂ ਨੂੰ ਵੱਡੇ ਵਾਲਾ ਮੈਂ ਕਹ ਰਹੀਆਂ ਲੋਕੀ ਫੇਮਸ ਹੋ ਜਾਣ ਮੱਥੇ ਤੇ ਉਹਨਾਂ ਦੀ ਅੱਖਾਂ ਚਲੇ ਜਾਂਦੀਆਂ ਪਲਕਿ ਉਹਨਾਂ ਦੀ ਅੱਖਾਂ ਚਾੜ ਹੋ ਜਾਂਦੀਆਂ ਉਹ ਨਹੀਂ ਵੇਖਦੇ ਆਪਣੇ ਨੀਚੇ ਵਾਲਿਆਂ ਨੂੰ ਮੈਂ ਕਹ ਰਹੀਆਂ ਉੱਤੇ ਨੂੰ ਵੇਖੀ ਜਾਂਦੇ ਨੇ ਤੇ ਉੱਤੇ ਨੂੰ ਜਾਈ ਜਾਂਦੇ ਨੇ ਰਜਵਵੀ ਗ੍ਰੇਟ ਮੈਂ ਕਹ ਰਹੀਆਂ ਕਿਆ ਬਾਤ ਐ ਰਜਬ ਬਾਈ ਦੀ ਰਜਬ ਵੀਰ ਦੀ ਰਜਬ ਬਰੋਦੀ ਮੈਂ ਕਿਹ ਜ਼ਿੰਦਾਬਾਦ ਰਜਬ ਫੈਮਲੀ ਮੈਂ ਕਹ ਰਹੀ ਮੈਂ ਇਹਨਾਂ ਦੀ ਫੈਨ ਹੋ ਗਈਆਂ ਬਿਗ ਫੈਨ ਮੈਂ ਕਹ ਰਹੀ ਜਿਨੇ ਵੀ ਯੂਟਿਊਬਰ ਦੇਖੇ ਹਨ ਉਹਨਾਂ ਚੋਂ ਸਿਰਫ ਮੈਨੂੰ ਗ੍ਰੇਟ ਲੱਗਿਆ ਤੇ ਰਜਬ ਵੀਰੀ ਲੱਗਿਆ ਜਿਨੇ ਉਹਨੇ ਮੋਨਟਾਈਜ਼ ਕਰਵਾਏ ਨਾ ਚੈਨਲ ਮੈਂ ਕਹ ਰਹੀਆਂ ਕਿਸੇ ਨੇ ਨਹੀਂ ਕਰਵਾਏ ਹੋਣਗੇ ਫੇਮਸ ਲੋਕਾਂ ਨੇ ਮੈਂ ਕਹ ਰਹੀਆਂ ਉਹਨਾਂ ਦੀਆਂ ਅੱਖਾਂ ਅੱਗੇ ਤੋਂ ਨਾ ਪਿੱਛੇ ਜਾ ਕੇ ਲੱਗ ਜਾਂਦੀਆਂ ਮੱਥੇ ਤੇ ਵੀ ਨਹੀਂ ਲੱਗਦੀਆਂ ਮੈਂ ਕਹ ਰਹੀ ਹਾਂ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਤੇ ਰਜਵ ਵੀਰ ਨੇ ਮੈਂ ਕਹ ਜਿਸ ਤਰ੍ਹਾਂ ਲੋਕਾਂ ਦੀਆਂ ਬਾਹਾਂ ਫੜੀਆਂ ਹੈ ਨਾ ਜਿਸ ਤਰ੍ਹਾਂ ਲੋਕਾਂ ਨੂੰ ਮੈਂ ਕਹ ਰਹੀ ਹਾਂ ਆਪਣੇ ਨਾਲ ਅੱਗੇ ਲੈ ਕੇ ਜਾਂਦਾ ਪਿਆ ਹੈ ਨਾ ਅੱਲਾ ਨੂੰ ਕਾਮਯਾਬ ਕਰੇ ਤੇ ਨਜ਼ਰੇ ਬਦ ਤੋਂ ਬਚਾਏ ਮੇਰੀਆਂ ਵੀ ਦੁਆਵਾਂ ਰਜਵ ਵੀਰ ਦੇ ਨਾਲ ਉਹਦੀ ਫੈਮਲੀ ਦੇ ਨਾਲ ਰਜਵ ਫੈਮਲੀ ਜ਼ਿੰਦਾਬਾਦ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਚਲੋ ਹੁਣ ਆਪਣੀ ਹਾਂਡੀ ਵੱਲ ਆ ਜਾਨੇ ਤੰਨੀਆਂ ਮੈਂ ਅੱਜ ਕਟਿਆ ਵਧਿਆ ਨਹੀਂ ਮੈਂ ਕਹ ਰਹੀ ਆ ਵਸਾ ਦੇ ਪੱਤੇ ਤੋੜੇ ਤੇ ਮੈਂ ਕਹ ਰਹੀ ਆ ਪੰਜੇ ਦੇਖੋ ਕਿੱਡੇ ਜ਼ਬਰਦਸਤ ਹੋਏ ਜੇ ਪਾਣੀ ਪਾ ਕੇ ਤੇ ਇਹਨਾਂ ਨੂੰ ਥੋੜਾ ਜਿਹਾ ਤੋ 15 ਮਿੰਟ ਮੈਂ ਕਰੀ ਉਹਨਾਂ ਦੀ ਅਚੀ ਤਰ੍ਹਾਂ ਮਤ ਮਾਰਾਂਗੇ ਕਿ ਮਸਾਲੇ ਚ ਇਹਨਾਂ ਨੂੰ ਅਚੀ ਤਰ੍ਹਾਂ ਤਰਫਾਵਾਂਗੇ ਦੇਖੋ ਤਰਫ ਦੇ ਵੀ ਪਏ ਨੇ ਤੇ ਹੁਣ ਪਾਣੀ ਸੁੱਟ ਦਵਾਂਗੇ ਤੇ ਪਾਣੀ ਸੁੱਟ ਕੇ ਮੈਂ ਕਰੀਏ ਨੱਕੋ ਨੱਕ ਦੇਚਕੀ ਨੂੰ ਅਸੀਂ ਪਾੜ ਲਾਂਗੇ ਆਪਣੇ ਦੇਚਕੇ ਨੂੰ ਕਿਉਂਕਿ ਅਸੀਂ ਬਣਾਣਾ ਦਾ ਸੂਪ ਮਜ਼ੇਦਾਰ ਜਿਆ ਜੀ ਠੰਡ ਪੈਂਦੀ ਪਈ ਨਾ ਵਿੰਟਰ ਦੇ ਦਿਨ ਹੈਗੇ ਜੇ ਵਿੰਟਰ ਦੀਆਂ ਰਾਤਾਂ ਮੈਂ ਕਰੀਆ ਇਹਨਾਂ ਚ ਸੂਪ ਪੀਓ ਇਹੋ ਜਿਹੀਆਂ ਹੰਡੀਆਂ ਬਣਾਓ ਕਿ ਤੁਹਾਡੀਆਂ ਨਾ ਇਹ ਛੋੜਬੇ ਵਾਲੀਆਂ ਹੰਡੀਆਂ ਬਨਨ ਐ ਦੇਖੋ ਇੱਥੇ ਪੱਕਦਾ ਪਿਆ ਸੀ ਮੈਂ ਟੱਕਣ ਕੋਸੇ ਤੇ ਕਰਤਾ ਮੈਂ ਕਿਹਾ ਨੂੰ ਕਿ ਉਬਲ ਕੇ ਬਾਹਰ ਹੀ ਆ ਜੇ ਇੱਥੇ ਤਰਫਨ ਲਾ ਪੀ ਜੇ ਜੰਪਾ ਮਨ ਲਾ ਪੀ ਜੇ ਹੰਡੀ ਲਾ ਦਿਓ ਕੁਝ ਵੀ ਜਾ ਤੋ ਰਿਓ ਮੁੰਦਸੀਰ ਉਰਾ ਵਿਗਨਾ ਸਾਡੇ ਘਰ ਸੂਪ ਵਾਲੀਆਂ ਹੀ ਹਾਂਡੀਆਂ ਪੱਕੀਆਂ ਜੇ ਮੈਂ ਕਰੀਆਂ ਪੀਕ ਹੈ ਨਾ ਤੇ ਜਿਹੜੇ ਗੋਟੇ ਛੋਡੇ ਵੀ ਦੁਖੜੇ ਸੀ ਨਾ ਲੱਤਾਂ ਛੱਤਾਂ ਮੈਂ ਕਰੀਆਂ ਉਹ ਵੀ ਹਟ ਗਈਆਂ ਤੇ ਬਹੁਤ ਹੀ ਫਾਇਦਾ ਹੈ ਜੇ ਪੀਂਦਾ ਨਾ ਖਾਂਸੀ ਆਈ ਨਾ ਜ਼ੁਕਾਮ ਲੱਗਿਆ ਨਾ ਛਿੱਕਾਂ ਆਈਆਂ ਜੋ ਜੀ ਠੰਡ ਪੈਣੀ ਹੈ ਨਾ ਲੋਕ ਕੀ ਮੈਂ ਕਹਣੀ ਬੜੇ ਹੀ ਬਿਮਾਰ ਹੋਏ ਇਹਨੇ ਛਿੱਕਾਂ ਮਾਰਦੇ ਪੈਨੇ ਬੁਖਾਰ ਉਹਨਾਂ ਚੜਦੇ ਪੈਨੇ ਖਾਂਸੀਆਂ ਜ਼ੁਕਾਮ ਵੀ ਹੁੰਦੇ ਪੈਨੇ ਤੇ ਇੱਥੇ ਸਾਡੀ ਹਾਂਡੀ ਬਹੁਤ ਹੀ ਪਿਆਰੀ ਪੱਕਦੀ ਪੀਸੀ ਹੁਣ ਤੁਹਾਨੂੰ ਮੈਂ ਮੁਰਗੀ ਦੀਆਂ ਪੰਜੇ ਵਖਾਵਾਂਗੀ ਇਹ ਦੇਖੋ ਪਾਣੀ ਪਾ ਕੇ ਮੈਂ ਕਹਣੀ ਹੋੜ ਹੀ ਜ਼ਿਆਦਾ ਮੋਟੇ ਹੋ ਗਏ ਹੈਲਦੀ ਹੋ ਗਏ ਬੜੇ ਹੀ ਜ਼ਬਰਦਸਤ ਬੜੇ ਹੀ ਸੋਨੇ ਮਾਸ਼ਾਅੱਲਾ ਤੇ ਹੁਣ ਟੇਮ ਅਗੇ ਚ ਤੰਨੀਆਂ ਸੁੱਟ ਦਿੱਤਾ ਜਾਏ ਤੇ ਤੰਨੀਆਂ ਮੈਂ ਸੁੱਟ ਦਿੱਤਾ ਗਾਰਨਿਸ਼ ਕਰ ਦਿੱਤਾ ਹਾਂਡੀ ਨੂੰ ਫਾਈਨਲ ਟੱਚ ਦਿੱਤਾ ਜੇ ਮਾਸ਼ਾਅੱਲਾ ਮਾਸ਼ਾਅੱਲਾ ਅਲਹਮਦੁਲਿਲਾ ਹਾਂਡੀ ਸਾਡੀ ਬੜੀ ਮਜ਼ੇਦਾਰ ਪੱਕ ਗਈ ਜੇ ਬਨਾਇਆ ਸੂਪ ਸੀ ਬਨ ਹਾਂਡੀ ਗਈ ਚਲੋ ਕੋਈ ਗੱਲ ਨਹੀਂ ਮ ਬਰੇ ਬਰੇ ਛਾਰੇ ਮੇ ਅਸੀਂ ਛੋਟੇ ਛੋਟੇ ਬatein ਹੋਤੀ ਰਹਤੀ ਹੈ ਹੈਗਾ ਸੂਪ ਯਕੋ ਕਿ ਕਾਲੀ ਮਿਰਚ ਦਾ ਜਿਹੜਾ ਮਸਾਲਾ ਬਹੁਤਾ ਤਰਫਾ ਲੀਤਾ ਸੀ ਨਾ ਉਹਦੀ ਪਿਆਜ਼ ਰੈੱਡ ਹੋਣ ਦੀ ਵਜ੍ਹਾ ਤੋਂ ਐਦਾ ਕਲਰ ਨਾ ਰੈੱਡ ਹੋ ਗਿਆ ਨਹੀਂ ਤੇ ਫੇ ਚਿੱਟੇ ਰੰਗ ਦਾ ਸੂਪ ਹੁੰਦਾ ਤੇ ਐ ਤੇ ਸ਼ੋਰਬਾ ਬਣ ਗਿਆ ਇੱਥੇ ਮੈਂ ਇੱਕ ਕਨਾਲੀ ਲੀਤੀ ਔਰ ਚ ਮੈਂ ਰੋਟੀ ਪੋਲ ਲੀਤੀ ਐ ਮੈਂ ਆਪਣੇ ਲਈ ਪਲੇਟ ਬਣਾਉਂਦੀ ਪਈਆਂ ਕਿਉਂਕਿ ਮੇਰਾ ਦਿਲ ਕਰਿਆ ਸੀ ਅੱਜ ਨਾ ਉੱਪਰ ਰੋਟੀ ਦੇ ਸ਼ੋਰਬੇ ਨੂੰ ਡੋਲ ਕੇ ਤੇ ਖਾਦਾ ਜਾਏ ਤੇ ਇੱਥੇ ਫਿਰ ਮੈਂ ਆਪਣੀ ਪਲੇਟ ਸੇ ਸਜਾੜੀ ਸੀ ਡਿਸ਼ ਆਊਟ ਕਰਦੀ ਪਈ ਸੀ ਤੇ ਨਾਲ ਤੁਹਾਨੂੰ ਬੁਖਾਰੀ ਸੀ ਆਪਣੇ ਵੀਰ ਐਂਡ ਵਿਡਨੀਆਂ ਨੂੰ ਤੇ ਜ਼ਰੂਰ ਬਣਾਨਾ ਪੀਓ ਇਹੋ ਜੀਆਂ ਚੀਜ਼ਾਂ ਇਹ ਠੰਡ ਤੋਂ ਬੱਚੋ ਪੀ ਕੇ ਜਿਸ ਤਰ੍ਹਾਂ ਮੈਂ ਬਚਦੀ ਪਈ ਆ ਤੇ ਆਪਣੀ ਫੈਮਿਲੀ ਨੂੰ ਬਚਾਉਂਦੀ ਪਈ ਆ ਪੈਂਦੀ ਠੰਡ ਤੋਂ ਉਮੀਦ ਕਰਾਂਗੀ ਕਿ ਅੱਜ ਦੀ ਵੀਡੀਓ ਤੁਹਾਨੂੰ ਬੜੀ ਅੱਛੀ ਲੱਗੀ ਹੋਏਗੀ ਤੇ ਜ਼ਿੰਦਗੀ ਰਹੀ ਤੇ ਫੇਰ ਹੋਏਗੀ ਸਾਡੀ ਨੈਕਸਟ ਵਲੌਗ ਵਿੱਚ ਮੁਲਾਕਾਤ ਤੇ ਆਪਣਾ ਖਿਆਲ ਰੱਖਣਾ ਤੇ ਮੈਨੂੰ ਨਾ ਚੀਜ਼ਾਂ ਦੁਆਵਾਂ ਚ ਯਾਦ ਰੱਖਣਾ ਰਾਬਸੋਨਾ ਤੁਹਾਡੇ ਮੇਰੇ ਤੇ ਆਪਣਾ ਆਪਣੀਆਂ ਰਹਿਮਤਾਂ ਬਰਕਤਾਂ ਫਜ਼ਿਲਤਾਂਤਾ ਫਰਮਾਏ ਤੇ ਆਪਣੀ ਰਹਿਮਤ ਦੇ ਸਾਇਆ ਚ ਰੱਖੇ ਆਮੀਨ ਅੱਲਾ ਫਿਜ਼ ਵੀਵਰਸ ਤੇ ਰੱਬ ਰੱਖਾ ਜ਼ਬਰਦਸਤ